ਅਸਲਾਮ ਅਲੈਕਮ ਨਾਜ਼ਰੀਨ ਜਨਾਬ ਮੈਂ ਤੁਹਾਡਾ ਆਪਣਾ ਮਹਿਰ ਮੁਮਨ ਸਿਟੀ ਸਿਆਲਕੋਟ ਤੇ ਸਰਕਾਰ ਅੱਜ ਦਾ ਸੀ ਵਲੌਗ ਸ਼ੁਰੂ ਕਰਨੇ ਆ ਜਨਾਬੇ ਅੱਜ ਹਫਤੇ ਦਾ ਦਿਨ ਹੈ ਤੇ ਮੈਂ ਇਸ ਟਾਈਮ ਆਪਣੇ ਕੋਲੀ ਬਹਿਰਾਮ ਚੌਂਕ 'ਚ ਖੜਾ ਵਾਂ ਤੇ ਜਨਾਬੇ ਵਾਲਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਧੁੰਦ ਨੇ ਇੰਤਹਾ ਕਰ ਦਿੱਤੀ ਹੈ ਇਹ ਮਿੰਟਾਂ ਸਕਿੰਟਾਂ ਦੇ ਵਿੱਚ ਜਨਾਬੇ ਵਾਲਾ 110 ਮੀਜਰੀ ਨਾਲ ਧੁੰਦ ਔਰ ਖੂਬ ਸਿਆਲਕੋਟ ਦੇ ਵਿੱਚ ਜਨਾਬੇ ਵਾਲਾ ਧੁੰਦ ਦਾ ਘੇਰਾ ਹੈ ਔਰ ਠੰਡ ਜਿਹੜੀ ਹੈ ਤੁਹਾਨੂੰ ਸਮਝ ਲੱਗ ਹੀ ਰਿਹਾ ਹੋਏਗਾ ਕਿ ਠੰਡ ਵੀ ਧੁੰਨ ਕੇ ਪੈ ਰਹੀ ਹੈ ਬਹੁਤ ਜ਼ਿਆਦਾ ਜਨਾਬ ਸਰਦੀ ਹੋ ਗਈ ਹੈ ਸਿਆਲਕੋਟ ਦੇ ਵਿੱਚ ਤੇ ਮੈਂ ਕਿਹਾ ਚਲੋ ਸਾਡੇ ਜਿਹੜੇ ਪ੍ਰਦੇਸ਼ ਦੇ ਵਿੱਚ ਰਹਿਣ ਵਾਲੇ ਨੇ ਉਹਨਾਂ ਨੂੰ ਜਨਾਬ ਨਾਲੇ ਆਪਣਾ ਕੋਲੀ ਬਹਿਰਾਮ ਚੌਂਕ ਦਿਖਾ ਦਿੰਦੇ ਹਾਂ ਇਹ ਜਨਾਬ ਸਾਡਾ ਸਿਆਲਕੋਟ ਕਸ਼ਮੀਰ ਰੋਡ ਕੋਲੀ ਬਹਿਰਾਮ ਚੌਂਕ ਹੈ ਜਿੱਥੇ ਮੈਂ ਖੜਾ ਵਾਂ ਇਸ ਟਾਈਮ ਤੇ ਮਾਸ਼ਾਅੱਲਾ ਸੜਕਾਂ ਵੀ ਜਿਹੜੀਆਂ ਨੇ ਕੋਲੀ ਬਹਿਰਾਮ ਦੀਆਂ ਬਿਹਤਰੀਨ ਬਣ ਗਈਆਂ ਨੇ ਬਿਹਤਰੀਨ ਰੋਡ ਮਾਸ਼ਾਅੱਲਾ ਬਣ ਗਿਆ ਕਸ਼ਮੀਰ ਰੋਡ ਜਿਹੜਾ ਵੇ ਤੇ ਸਪੈਸ਼ਲ ਵੀਡੀਓ ਜਿਹੜੀ ਹੈ ਮੇਰੀ ਇਹ ਪਰਦੇਸੀ ਭਰਾਵਾਂ ਵਾਸਤੇ ਹੀ ਕਿ ਜਨਾਬ ਅਪਡੇਟ ਦੇ ਦਿੰਦੇ ਹਾਂ ਜਨਾਬ ਨੂੰ ਅੱਜ ਮੇਰੇ ਖਿਆਲ ਨਾਲ 30 ਦਸੰਬਰ ਦੀ ਆਖਰੀ ਰਾਤ ਹੈ ਫਿਰ ਜਨਾਬ ਕੀ ਕਹਿੰਦੇ ਨੇ ਹੈਪੀ ਨਿਊ ਈਅਰ ਸ਼ੁਰੂ ਹੋ ਜਾਣਾ ਅਤੇ ਸਾਰਿਆਂ ਨੂੰ ਜਨਾਬ ਮੇਰੀ ਤਰਫੋਂ ਜਿੰਨੇ ਵੀ ਪਰਦੇਸ ਵਾਲੇ ਨੇ ਨਵਾਂ ਸਾਲ ਮੁਬਾਰਕ ਹੋਏ ਅੱਲਾ ਪਾਕ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ ਖੁਸ਼ ਰਹੋ ਅਤੇ ਆਬਾਦ ਰਹੋ ਜਨਾਬ ਮਹਿਰ ਮੂਵਮੈਂਟ ਸਿਟੀ ਸਿਆਲਕੋਟ ਅੱਲਾ ਹਾਫਿਜ਼।